भाई जी पहला लीडरशिप ने पंजाब दे प्रोग्राम दिते जिहड़े पंजाब दे विच लीडरशिप ने प्रोग्राम किए उस तों बाद दे विच लखे सधाणे ने भी प्रोग्राम किए हुण तुसीं भी पंजाब दे विच तुर पिओ फर्क पऊ इन्हां चीज़ां दे नाल क्योंकि जदों लीडरशिप प्रोग्राम करदी सी तां लोकां दा कहिणा सी की फायदा पंजाब दे विच प्रोग्राम करन दा पिछले दिनां दे विच लखा सधाणा नौजवानां नूं लैके चलिया देखण नूं मिलिया इकट्ठ बहुत ज्यादा सी पर उत्थों लखे सधाणे दे नाल ही नौजवान जिहड़े वापस मुड़े आए कारण की ने तुहाडे नाल नौजवान जाना चाहुणगे उत्थे ਸਾਡੀ ਨਿਹੰਗ ਸਿੰਘ ਜਥੇਬੰਦੀਆਂ ਕੱਲੀਆਂ ਵਿੱਚ ਸਿੱਖ ਸਿਆਸਤ ਵਾਪਸ ਆ ਗਈ ਫਿਰ ਹੋਰ ਛੋਟੀਆਂ ਛੋਟੀਆਂ ਸਟੂਡੈਂਟ ਆਰਗੇਨਾਈਜੇਸ਼ਨ ਇੱਕ ਸੱਥ ਉਹ ਵਾਪਸ ਆ ਗਏ ਹੋਰ ਬਥੇਰੇ ਬੰਦੇ ਉੱਥੋਂ ਵਾਪਸ ਆਏ ਆ ਇਸੇ ਕਰਕੇ ਕਿਉਂਕਿ ਜਦੋਂ ਰਾਜਨੀਤੀ ਆਪਸ 'ਚ ਹੀ ਹੋਣ ਲੱਗ ਜੇ ਨਾ ਫਿਰ ਬੰਦਿਆਂ ਦੇ ਦਿਲ ਟੁੱਟਦੇ ਆ 26 ਤਰੀਕ ਤੋਂ ਬਾਅਦ ਜਦੋਂ ਤੁਸੀਂ ਆਪ ਹੀ ਸਰਕਾਰ ਦੀ ਬੋਲੀ ਬੋਲਣ ਲੱਗ ਗਏ ਉਹੀ ਤਾਂ ਨੈਸ਼ਨਲ ਮੀਡੀਆ ਦੇ ਚੈਨਲ ਬੋਲ ਰਹੇ ਸੀ ਬੋਲੀ ਉਹੀ ਸਾਡੇ ਆਗੂ ਬੋਲਣ ਲੱਗ ਗਏ ਸਾਡੇ ਬੰਦਿਆਂ ਨੇ ਕੁਛ ਵੀ ਗਲਤ ਨਹੀਂ ਕੀਤਾ ਸਾਡੇ ਬੰਦੇ ਜਾਬਤੇ 'ਚ ਰਹੇ ਪੀਸਫੁਲ ਰਹੇ ਜਿਹੜੀ ਮਾੜੀ ਮੋਟੀ ਕੁੱਟਮਾਰ ਹੋਈ ਆ ਪਹਿਲਾਂ ਪੁਲਿਸ ਕਿਉਂਕਿ ਮੈਂ ਤਾਂ ਸਾਰੇ ਵੀਡੀਓਜ਼ ਦੇਖੇ ਨਾ ਇੰਟੈਰੋਗੇਸ਼ਨ 'ਚ ਮੈਨੂੰ ਦਿਖਾਉਂਦੇ ਸੀ ਕਹਿੰਦੇ ਸੀ ਦੱਸੋ ਕੌਣ ਆ ਇਹ ਲਾਠੀਚਾਰਜ ਸ਼ੁਰੂ ਕੀਤਾ ਲਾਠੀਚਾਰਜ 'ਚ ਸਾਡੇ ਬੰਦੇ ਭੱਜ ਪਏ ਇਹ ਸਾਰਾ ਕੁਛ ਉਹਨਾਂ ਕੋਲ ਵੀਡੀਓ 'ਚ ਪਿਆ ਪਰ ਉਹਨਾਂ ਨੇ ਬਦਨਾਮ ਸਾਨੂੰ ਹੀ ਕਰਨਾ ਪੋਲੀਟੀਕਲ ਕਲਾਸ ਜਿਹੜੇ ਚੁਣੇ ਹੋਏ ਬੰਦੇ ਆ ਸਾਡੇ ਉਹ ਧਰਨਿਆਂ 'ਚ ਮੋਰਚਿਆਂ 'ਚ ਬੈਠੇ ਹੋਣੇ ਚਾਹੀਦੇ ਸੀ ਸਾਡੇ ਨਾਲ ਜਦੋਂ ਸਾਡੇ 'ਤੇ ਵਕਤ ਪਿਆ ਪਰ ਅੱਜ ਚੰਡੀਗੜ੍ਹ ਕੋਠੀਆਂ 'ਚ ਬੈਠੇ ਆ ਹਜੇ ਤੱਕ ਕੋਈ ਨਹੀਂ ਖੜਾ ਔਰ ਸੰਘਰਸ਼ ਕਦੇ ਵੀ ਖਤਮ ਨਹੀਂ ਹੋਇਆ ਸੰਘਰਸ਼ ਤਾਂ ਲਗਾਤਾਰ ਨਿਰੰਤਰ ਚਾਲੂ ਆ ਔਰ ਇਹ ਸੰਘਰਸ਼ ਤੁਸੀਂ ਇਹ ਕਹਿ ਲਓ ਇਕੱਲਾ ਇੱਥੇ ਹੀ ਨਹੀਂ ਰੁਕਣਾ ਹਜੇ ਸੰਘਰਸ਼ ਆ ਜਿਹੜਾ ਉਹ ਕਿਸਾਨੀ ਬਿੱਲਾਂ ਤੋਂ ਲੈ ਕੇ ਸਾਡੇ ਆਲਟਰਨੇਟਿਵ ਕ੍ਰੋਪ ਪੈਟਰਨ ਜਿਹੜੀਆਂ ਸਾਡੇ ਕੋਲ ਨਵੀਆਂ ਫਸਲਾਂ ਜਿਹੜੀਆਂ ਪੰਜਾਬ ਦੇ ਵਾਤਾਵਰਨ ਤੇ ਮਿੱਟੀ ਦੇ ਅਨੁਕੂਲ ਫਸਲਾਂ ਹੋਣ ਜਾਂ ਸਾਡੀਆਂ ਹੁੰਦੀਆਂ ਸੀ ਉਹ ਵੀ ਕਰਾਂਗੇ ਸੋ ਸਾਡੇ ਲੋਕਾਂ ਨੂੰ ਇਹਨਾਂ ਕਰਜ਼ਿਆਂ 'ਚੋਂ ਖੁਦਕੁਸ਼ੀਆਂ 'ਚੋਂ ਜੋ ਉਹਨਾਂ ਦੀ ਮਾਨਸਿਕਤਾ 'ਤੇ ਐਡੀ ਵੱਡੀ ਜੋ ਇੱਕ ਤੁਸੀਂ ਕਹਿ ਲਓ ਵੀ ਗੁਲਾਮੀ ਪਈ ਆ ਉਹਨੂੰ ਵੀ ਕੱਢਣਾ ਸੰਘਰਸ਼ ਸਾਡਾ ਨਿਰੰਤਰ ਚਾਲੂ ਆ ਬਾਈ ਪਰ ਕਿਸਾਨੀ ਸੰਘਰਸ਼ ਜਿਹੜੀਆਂ ਦਿੱਲੀ ਦੀਆਂ ਜੂਹਾਂ 'ਤੇ ਬੈਠੇ ਹਾਂ ਆਪਾਂ ਉਹਦੇ 'ਚ ਹੀ ਅਸੀਂ ਉਹਦੇ ਹੀ ਪਾਰਟ ਹਾਂ ਉਸੇ ਸੰਘਰਸ਼ ਨੂੰ ਅੱਗੇ ਵਧਾਵਾਂਗੇ ਆਪਦੇ ਲੋਕਾਂ ਨੂੰ ਵੀ ਇਹ ਕਹਾਂਗੇ ਵੀ ਵੱਧ ਤੋਂ ਵੱਧ ਸ਼ਮੂਲੀਅਤ ਦਿਓ ਤੇ ਲੀਡਰਸ਼ਿਪ ਨੂੰ ਮੈਂ ਬੇਨਤੀ ਇਹ ਕਰੂੰਗਾ ਵੀ ਕੋਈ ਪਲਾਨ ਦਿਓ ਅਗਲਾ ਤਾਂ ਕਿ ਅਸੀਂ ਸਾਰਿਆਂ ਨੂੰ ਇੱਥੋਂ ਆਪਦੇ ਲੋਕਾਂ ਨੂੰ ਲੈ ਕੇ ਆ ਸਕੀਏ ਤੇ ਫਿਰ ਇੱਕ ਵਾਰੀ ਉਨੀ ਹਿੰਮਤ ਨਾਲ ਜਿਵੇਂ ਆਪਾਂ 26 ਜਨਵਰੀ ਨੂੰ ਦਿਖਾਈ ਸੀ 25-24, 25-26 ਦਾ ਤੁਸੀਂ ਉੱਥੇ ਮਾਹੌਲ ਦੇਖਣਾ ਸੀ ਉਦੋਂ ਚਲੋ ਗੱਲ ਨਹੀਂ ਸਾਂਭੀ ਗਈ ਗੱਲ ਨੂੰ ਕਿਸੇ ਹੋਰ ਪਾਸੇ ਤੋਰਤਾ ਸਾਨੂੰ ਬਦਨਾਮ ਕਰ ਦਿੱਤਾ ਗਿਆ ਜਾਂ ਉਸ ਸਾਰੇ ਵਰਤਾਰੇ ਨੂੰ ਬਰਦਨਾਮ ਕਰ ਦਿੱਤਾ ਗਿਆ ਸਾਡੇ ਬੰਦਿਆਂ ਨੇ ਕੁਛ ਵੀ ਗਲਤ ਨਹੀਂ ਕੀਤਾ ਸਾਡੇ ਬੰਦੇ ਜਾਬਤੇ 'ਚ ਰਹੇ ਪੀਸਫੁਲ ਰਹੇ ਜਿਹੜੀ ਮਾੜੀ ਮੋਟੀ ਕੁੱਟਮਾਰ ਹੋਈ ਆ ਪਹਿਲਾਂ ਪੁਲਿਸ ਕਿਉਂਕਿ ਮੈਂ ਤਾਂ ਸਾਰੇ ਵੀਡੀਓਜ਼ ਦੇਖੇ ਨਾ ਇੰਟੈਰੋਗੇਸ਼ਨ 'ਚ ਮੈਨੂੰ ਦਿਖਾਉਂਦੇ ਸੀ ਕਹਿੰਦੇ ਸੀ ਦੱਸੋ ਕੌਣ ਆ ਇਹ ਉਹਦੇ 'ਚ ਪੁਲਿਸ ਨੇ ਪਹਿਲਾਂ ਲਾਠੀਚਾਰਜ ਸ਼ੁਰੂ ਕੀਤਾ ਲਾਠੀਚਾਰਜ 'ਚ ਸਾਡੇ ਬੰਦੇ ਭੱਜ ਪਏ ਇਹ ਸਾਰਾ ਕੁਛ ਉਹਨਾਂ ਕੋਲ ਵੀਡੀਓ 'ਚ ਪਿਆ ਪਰ ਉਹਨਾਂ ਨੇ ਬਦਨਾਮ ਸਾਨੂੰ ਹੀ ਕਰਨਾ ਭੱਜ ਪਏ ਤਾਂ ਸਾਡੇ ਨਿਹੰਗ ਸਿੰਘ ਖੜ ਗਏ ਨਿਹੰਗ ਸਿੰਘ ਉਹਨਾਂ ਨੂੰ ਪੈ ਗਏ ਜਦੋਂ ਉਹ ਪੈ ਗਏ ਤਾਂ ਆਪਸ 'ਚ ਮਾੜੀ ਮੋਟੀ ਝੜਪ ਹੋ ਗਈ ਉਦੋਂ ਬਾਅਦ ਆਪਣੇ ਬੰਦਿਆਂ ਨੇ ਉੱਤੇ ਲਿਟ ਲਿਟ ਉਹਨਾਂ ਨੂੰ ਬਚਾਇਆ ਪਰ ਉਹ ਕਦੇ ਨਹੀਂ ਦਿਖਾਉਣਗੇ ਉਹੀ ਦਿਖਾਉਣਗੇ ਜਿਹੜੀਆਂ ਛਾਲਾਂ ਮਾਰੀ ਜਾਂਦੇ ਸੀ ਉਹ ਸੋ ਸੰਘਰਸ਼ ਉੱਥੇ ਹੀ ਆ ਜੀ ਹਜੇ ਰਿਹਾਈ ਤੋਂ ਬਾਅਦ ਪਹਿਲਾ ਲੋਕ ਪ੍ਰੋਗਰਾਮ ਅੱਜ ਅਸੀਂ ਦੇਖੀਏ ਕਿ ਨਵੀਂ ਸ਼ੁਰੂਆਤ ਤਾਂ ਕੋਈ ਪਿੰਡ ਪੱਧਰ ਤੇ ਅਸੀਂ ਲੋਕਾਂ ਨੂੰ ਨਾਲ ਜੋੜਨ ਦੀ ਕਰ ਰਹੇ ਹੈਗੇ ਆ ਕਿਉਂਕਿ ਤੁਸੀਂ ਕਹਿ ਰਹੇ ਹੋ ਸੰਘਰਸ਼ ਨਹੀਂ ਖਤਮ ਹੋਇਆ ਜਾਂ ਨਹੀਂ ਰੁਕਿਆ ਪਰ ਇਹ ਵੀ ਇੱਕ ਤੱਥ ਹੈ ਕਿ ਉਦੋਂ ਬਾਅਦ ਸਾਨੂੰ ਸਰਕਾਰ ਦੀ ਕਾਲ ਵੀ ਕੋਈ ਨਹੀਂ ਆਈ ਕਿਸਾਨਾਂ ਨੂੰ ਵੀ ਮਿਲੋ ਬੈਠੋ ਬਿਲਕੁਲ ਸਹੀ ਗੱਲ ਆ ਇਹਦੇ ਲਈ ਹੀ ਮੈਂ ਹਮੇਸ਼ਾ ਲੀਡਰਸ਼ਿਪ ਨੂੰ ਬੇਨਤੀ ਕਰਦਾ ਰਿਹਾ ਵੀ ਤੁਸੀਂ ਆਪ ਵੇਖੋ 26 ਤਰੀਕ ਤੋਂ ਪਹਿਲਾਂ ਕਿਵੇਂ ਤਰਲੋ ਮੱਛੀ ਹੁੰਦੀ ਸੀ ਸਰਕਾਰ ਕਿਵੇਂ ਵਾਰ-ਵਾਰ ਤੁਹਾਨੂੰ ਮੈਰਾਥਨ ਮੀਟਿੰਗਸ ਲਈ ਬੁਲਾਉਂਦੀ ਸੀ ਵੀ ਇੱਕਦਮ ਮੀਟਿੰਗ ਕਰੋ ਜੀ ਆ ਕੇ ਸਾਡੇ ਨਾਲ ਕੋਈ ਗੱਲਬਾਤ ਕਰੋ 26 ਤਰੀਕ ਤੋਂ ਬਾਅਦ ਜਦੋਂ ਤੁਸੀਂ ਆਪ ਹੀ ਸਰਕਾਰ ਦੀ ਬੋਲੀ ਬੋਲਣ ਲੱਗ ਗਏ ਉਹੀ ਤਾਂ ਨੈਸ਼ਨਲ ਮੀਡੀਆ ਦੇ ਚੈਨਲ ਬੋਲ ਰਹੇ ਸੀ ਬੋਲੀ ਉਹੀ ਸਾਡੇ ਆਗੂ ਬੋਲਣ ਲੱਗ ਗਏ ਕਿਤੇ ਨਾ ਕਿਤੇ ਸਾਡੇ ਲੋਕਾਂ 'ਚ ਇਸ ਗੱਲ ਦੀ ਨਿਰਾਸ਼ਾ ਗਈ ਆ ਔਰ ਤੁਸੀਂ ਉਦੋਂ ਬਾਅਦ ਸਰਟੀਫਿਕੇਟ ਵੰਡਣ ਲੱਗ ਗਏ ਉਹਨਾਂ ਬੰਦਿਆਂ ਦਾ ਹੀ ਜਿਹੜੇ ਤੁਹਾਡੇ ਨਾਲ ਹੀ ਪਿਛਲੇ 4-5-6 ਮਹੀਨਿਆਂ ਤੋਂ ਤੰਬੂਆਂ 'ਚ ਸੜਕਾਂ 'ਤੇ ਬੈਠੇ ਸੀ ਫਿਰ ਜਦੋਂ ਇਹੋ ਜਿਹੇ ਵਰਤਾਰੇ ਚੱਲਣ ਤਾਂ ਇਹ ਕਦੇ ਕਦੇ ਲੀਡਰਸ਼ਿਪ ਨੂੰ ਸਮਝ ਨਹੀਂ ਆਉਂਦੀ ਹੁੰਦੀ ਪ੍ਰੈਸ਼ਰ ਬਹੁਤ ਹੁੰਦਾ ਜਾਂ ਆਪਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੀ ਬੁਲਾਇਆ ਕਿਹਨੇ ਸੀ ਦਿੱਲੀ ਕਿਸਾਨ ਲੀਡਰਸ਼ਿਪ ਨਹੀਂ ਬੁਲਾਇਆ ਸੀ ਨਾ
रिंग रोड जाके मार्च करांगे किने कहा सी? किसान लीडरशिप नहीं कहा सी ना? बैरीकेड किने तोड़े सी? चारे पासे उन्हां दे बंदियां नहीं तोड़े सी ना? सो जे असी आपदे बंदियां तो मुनकर हो जांगे तां लोकां दे मनां च ठेस वजूगी, ते ओह ठेस वजी पर कोई नहीं, असी वापस आपदे आप नूं रीगेन करके फिर उत्थे जावांगे। अगला प्रोग्राम तां आउण दो। हां जी हां जी हां जी नहीं नहीं देखो हाँ जी गल यही है बई, जिहड़ा मैं पहले ही कहा पहचान ही साड़ी, खास तौर ते जे आपां पिंडां दी गल करिए, पंजाब हरियाणे दी भी गल करिए, साड़ी पछाण ही पिंडां दे नाल हुंदी है, आपदे पिंड दे नाल हुंदी है। और जे असीं कहिंदे आ वी पंजाब पिंडां च ही वसदा, अज भी पिंडां च ही वसदा, सो उसे पंजाब दी होंद दी लड़ाई लड़ रहे हैं असीं। ते जे पंजाब थोड़ी होंद दी लड़ाई असीं लड़ रहे हैं, पिंडों प्यार मिलता जां पिंड वाले नाल खड़दे, इदों वड्डी गल होर की हो सकती है? दीप सिद्धू जदों भी चले एक प्लान बना के, मास्टर प्लान हुंदा तुहाडा, तुसीं वीडियो च वी इकदम असीं चले निकले आ पिंडां दे विच के किसानी सी, चले निकले आ पिंडां दे विच के किसानी संघर्ष किस तरह सहूलियत हुण दीप दी होएगी, क्योंकि दोबारा लोग भी वेखना चाहुंदे उस स्टेज दे उत्ते। भाई गल नहीं, स्टेज ते तां मैं पहला भी नहीं गया सी, मैनू उन्होंने कहा भी सी भी स्टेज तो पासे हो रहे जी, हुण भी जिवें ओह कहणगे उवें चलांगे, साडी लीडरशिप कहूगी। पर लीडरशिप नूं बेनती इह आ, प्लान 26 नवंबर दा भी उन्होंने दिता सी, तुसीं मैनू 26 नवंबर नूं भी देख लिया सी, 26 जनवरी दा भी दिता सी, हुण अगला जदों कोई प्लान देउ लीडरशिप, पर जे उदू पहलां असीं आपस च बहि के कोई गल्लबात करिए, कोई सहमती नाल कोई आपदी स्ट्रैटेजी प्लान करिए, मेरे ख्याल च ओह सानूं कर लेनी चाहीदी है। सानूं बंदे तोड़ने नहीं चाहिए आपदे, उल्टा सानूं बंदे जोड़ने चाहिए आपदे नाल। तुसीं अज वेखो उत्थों किन्नियां संस्थावां टुट गईआं, साडी निहंग सिंह जथेबंदियां कल्लियां बैठियां, सिख सियासत वापस आ गए, ओह भी उन्होंने 5-6 महीने संघर्ष उन्होंने भी किया, फिर होर छोटियां छोटियां स्टूडेंट ऑर्गेनाइजेशन एक साथ वह वापस आ गए, होर बथेरे बंदे उत्थों वापस आए हैं। इसे करके क्योंकि जदों राजनीति आपस च ही होने लग जाए ना, फिर बंदियां दे दिल टुटदे आ, और पिंडां वाले लोग तो सीधी गल समझदे आ वी यार इत्थे तां पॉलिटिक्स होने लग गई, हुण चलो चलिए। जदों कट्ठे ते उहो जिहा जज्बा जिहड़ा असीं उह 1.5-2 महीना मानिया, उह मानण वाले पल सी, जे उह जज्बा वापस लैके आउणा तां सानूं कट्ठे होना पऊगा, एक दूजे नूं सहना सीखना पऊगा, एक दूजे नूं नाल बिठाउणा सीखना पऊगा। भाई जी पहला लीडरशिप ने पंजाब दे प्रोग्राम दिते, जिहड़े पंजाब दे विच लीडरशिप ने प्रोग्राम कीते, उस तों बाद दे विच लखे सधाणे ने भी प्रोग्राम कीते, ਹੁਣ ਤੁਸੀਂ ਵੀ ਪੰਜਾਬ ਦੇ ਵਿੱਚ ਤੁਰ ਪਏ ਹੋ, ਫਰਕ ਪਊ ਇਹਨਾਂ ਚੀਜ਼ਾਂ ਦੇ ਨਾਲ? ਕਿਉਂਕਿ ਜਦੋਂ ਲੀਡਰਸ਼ਿਪ ਪ੍ਰੋਗਰਾਮ ਕਰਦੀ ਸੀ ਤਾਂ ਲੋਕਾਂ ਦਾ ਕਹਿਣਾ ਸੀ ਕੀ ਫਾਇਦਾ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਨ ਦਾ? ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਜੀ, ਗੱਲ ਇਹ ਹੁੰਦੀ ਆ ਕੀ ਫਾਇਦਾ ਆਪਣਾ ਧਰਨੇ ਲਾਉਣ ਦਾ ਵੀ, ਇਹ ਤਾਂ ਗੱਲ ਆਪਾਂ ਕਰ ਲਈਏ। ਅੱਜ ਜਿਹੜੀ ਲੀਡਰਸ਼ਿਪ ਹੁੰਦੀ ਆ ਜਾਂ ਉਹ ਬੰਦੇ ਜਿਨ੍ਹਾਂ ਨਾਲ ਲੋਕ ਆਈਡੈਂਟੀਫਾਈ ਕਰਦੇ ਆ, ਜਿਵੇਂ ਅੱਜ ਮੇਰੇ ਚਿਹਰੇ ਨਾਲ ਆਈਡੈਂਟੀਫਾਈ ਕਰਨ ਲੱਗ ਗਏ, ਜਦੋਂ ਉਹ ਬੰਦੇ ਪਿੰਡ ਪਿੰਡ ਜਾ ਕੇ ਵਿਚਰਦੇ ਆ ਲੋਕਾਂ 'ਚ, 2-3 ਗੱਲਾਂ ਇਹਦੀਆਂ ਬਹੁਤ ਜ਼ਰੂਰੀ ਆ। ਪਹਿਲੀ ਗੱਲ ਤਾਂ ਤੁਹਾਡਾ ਜਿਹੜਾ ਬਿਰਤਾਂਤ ਆ ਸਾਡੀ ਕਿਸਾਨੀ ਦਾ, ਸਾਡੇ ਪੰਜਾਬ ਦਾ ਇੱਕ ਨੈਰੇਟਿਵ ਆ ਨਾ, ਸਾਡਾ ਇੱਕ ਸੋਚ ਹੀ ਆ ਨਾ, ਉਹ ਲੋਕਾਂ 'ਚ ਅਸੀਂ ਲੈ ਕੇ ਜਾਂਦੇ ਹਾਂ। ਸਾਡੀ ਪੋਲੀਟੀਕਲ ਕਲਾਸ ਨੇ ਅੱਜ ਤੱਕ ਸਾਨੂੰ ਕੀ ਦਿੱਤਾ? ਜਿਹੜੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਪਾ ਜਿਤਾਉਂਦੇ ਰਹੇ, ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ, ਕਿਸੇ ਵੀ ਪਾਰਟੀ ਨੂੰ ਚੱਕ ਲਓ, ਕਿਸੇ ਪੋਲੀਟੀਕਲ ਕਲਾਸ ਨੇ ਦਿੱਤਾ, ਉਹ ਪੋਲੀਟੀਕਲ ਕਲਾਸ ਕਦੇ ਤੁਹਾਡੇ ਨਾਲ ਆ ਕੇ ਧਰਨਿਆਂ 'ਚ ਮੋਰਚਿਆਂ 'ਚ ਬੈਠੀ ਆ ਕਿ ਇਕੱਲੇ ਖੰਡ ਪਾਠ ਦਾ ਭੋਗ ਹੋਵੇ ਜਾਂ ਵਿਆਹ ਹੋਵੇ ਉੱਥੇ ਹੀ ਸੱਦਦੇ ਹਾਂ ਆਪਾਂ ਉਹਨਾਂ ਨੂੰ? ਫਰਜ਼ ਉਹਨਾਂ ਦਾ ਕੀ ਬਣਦਾ ਸੀ? ਪੋਲੀਟੀਕਲ ਕਲਾਸ ਜਿਹੜੇ ਚੁਣੇ ਹੋਏ ਬੰਦੇ ਆ ਸਾਡੇ, ਉਹ ਧਰਨਿਆਂ 'ਚ ਮੋਰਚਿਆਂ 'ਚ ਬੈਠੇ ਹੋਣੇ ਚਾਹੀਦੇ ਸੀ ਸਾਡੇ ਨਾਲ ਜਦੋਂ ਸਾਡੇ 'ਤੇ ਵਕਤ ਪਿਆ, ਪਰ ਅੱਜ ਚੰਡੀਗੜ੍ਹ ਕੋਠੀਆਂ 'ਚ ਬੈਠੇ ਆ, ਹਜੇ ਤੱਕ ਕੋਈ ਨਹੀਂ ਖੜਾ। ਸੋ ਇਹ ਗੱਲਾਂ ਕੌਣ ਦੱਸੂਗਾ ਲੋਕਾਂ ਨੂੰ ਜਾ ਕੇ? ਅਸੀਂ ਚੇਂਜ ਕਿਵੇਂ ਲੈ ਕੇ ਆਵਾਂਗੇ? ਚੇਂਜ ਤਾਂ ਸਾਡੇ ਮਿੱਟੀ ਤੋਂ ਹੀ ਆਉਣੀ ਆ ਨਾ, ਉਹ ਮਿੱਟੀ ਨੇ ਹੀ ਲੋਕਾਂ ਨੂੰ ਝੰਜੋੜਨਾ, ਮਿੱਟੀ ਨੇ ਵਿਰਸੇ ਨੇ ਹੀ ਲੋਕਾਂ ਨੂੰ ਦੱਸਣਾ ਵੀ ਨਹੀਂ ਅਸੀਂ ਬਹੁਤ ਸਹਿ ਲਿਆ, ਹੁਣ ਆਪਦੇ ਵਿਰਸੇ ਪ੍ਰਤੀ ਆਪਦਿਆਂ ਫਲਸਫਿਆਂ ਪ੍ਰਤੀ ਇਮਾਨਦਾਰ ਹੋਣਾ ਪਊਗਾ। ਤੇ ਅਸਲ ਤੌਰ ਤੇ ਸੋਚੋ ਜੇ ਬਚਣਾ ਤਾਂ ਅਸੀਂ, ਸਾਨੂੰ ਆਮ ਤੌਰ ਤੇ ਪਿੰਡਾਂ 'ਚ ਕਿਹਾ ਜਾਂਦਾ ਵੀ ਯਾਰ 4 ਪੈਸੇ ਲਓ ਤੇ ਵੋਟਾਂ ਪਾ ਦਿਓ, ਇਹ ਤਾਂ ਯਾਰ ਜਮਾਂ ਸਭ ਤੋਂ ਵੱਡੀ ਕਰਪਟ ਕਰ ਰਹੀ ਹੈ ਸਾਨੂੰ ਗੱਲ। ਬਾਪੂ ਡਿਵਡਵਾਜੀ ਜਿਹੜੇ ਨੇ ਉਹ ਨੌਜਵਾਨਾਂ ਨੂੰ ਲੈ ਕੇ ਮੋਗੇ ਤੋਂ ਚੱਲੇ, ਨੌਜਵਾਨ ਸ਼ੰਭੂ ਬਾਰਡਰ ਤੋਂ ਪਿੱਛੇ ਨੂੰ ਮੁੜਿਆ ਹੈ, ਨਾਲ ਉਹਨਾਂ ਦੇ 100 ਜਣਾ ਵੀ ਨਹੀਂ ਉੱਥੇ ਪਹੁੰਚਿਆ, ਜਦਕਿ ਪਲਾਨ ਬਹੁਤ ਤਕੜਾ ਸੀ। ਹਾਂਜੀ, ਪਿਛਲੇ ਦਿਨਾਂ ਦੇ ਵਿੱਚ ਹੀ ਲੱਖਾਂ ਸਧਾਣਾ ਨੌਜਵਾਨਾਂ ਨੂੰ ਲੈ ਕੇ ਚੱਲਿਆ, ਦੇਖਣ ਨੂੰ ਮਿਲਿਆ ਇਕੱਠ ਬਹੁਤ ਜ਼ਿਆਦਾ ਸੀ, ਪਰ ਉੱਥੋਂ ਲੱਖੇ ਸਧਾਣੇ ਦੇ ਨਾਲ ਹੀ ਨੌਜਵਾਨ ਜਿਹੜੇ ਵਾਪਸ ਮੁੜਿਆ ਹੈ, ਕਾਰਨ ਕੀ ਨੇ? ਤੁਹਾਡੇ ਨਾਲ ਨੌਜਵਾਨ ਜਾਣਾ ਚਾਹੁੰਣਗੇ ਉੱਥੇ? ਬਾਈ ਜੀ ਮੇਰੇ ਨਾਲ ਜਾਂ ਕਿਸੇ ਹੋਰ ਸ਼ਖਸੀਅਤ ਨਾਲ ਜਾਣ ਦੀ ਗੱਲ ਨਹੀਂ, ਜਦੋਂ ਇਹਨਾਂ ਦੀਆਂ ਰੂਹਾਂ ਨੂੰ ਉੱਥੇ ਸੱਟ ਵੱਜੂ ਨਾ। ਦੇਖੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਕੀ ਕੀਤਾ ਸੀ,
जेड़े मॉडर्न एजुकेशन कानून बनाउंदी है, निजम बनाउंदी है, ते थोनू संबोधन किवें करदी है, वो दिखा दिखा के भी आ जे कानून तोड़िया तो थोनू सजा मिलेगी, पर वो थोनू कदे भी अंदरों नहीं झंझोड़ती। साढ़े गुरु साहबाना ने अंदरों झंझोड़िया सी सानू, साडियां आत्मावां नू साडे मनां नू संबोधन कीता सी। जदों मैं अज यही कहना भी जदों ये संबोधन या साडी सोर्स ऑफ इंस्पीरेशन श्री गुरु ग्रंथ साहब तो होगी, फिर किसी नू लिजाना नहीं पैना थोनू, फिर आपे आउणगे। फिर तुसीं इह तां 200-300 किलोमीटर का सफर है ना, फिर तो वेखियो कित्थों कित्थों, फिर तो गदरी बाबे अमरीका तो चल के आके लहर च शामिल हो जाते हैं, फिर इतिहास बनते हैं, पर उसकी सोर्स ऑफ इंस्पीरेशन की है, यह मैटर करती है। लखे सिडाने बारे अक्सर कहने भरा वापस मेरे नाल कोई रिहाई तो बाद संपर्क उन्हों का जब कोई कॉन्टैक्ट आए हो कि यार चलो फिर उस तरह, क्योंकि यह गल तो एक सच्चाई है ना, नौजवान बड़ी वड्डी गिनती तुहाडे दोवां नाल जुड़िया होया। हाँ जी, नहीं कॉन्टैक्ट च उन्होंने बड़े बंदियां दे किसी के थ्रू कोई मैसेज आए है जी, मेरे नाल जिहड़ी सीधी गल नहीं हुई ते मैनूं हजे पता भी नहीं हो भी कित्थे आ। पर मैं एक गल कहना भी असी, मैं हमेशा ही कहना सानू हुण एक दूजे दे नाल लैके सानू चलना पऊगा। जे अज उहदे ते जिहड़ी गल मैं जाके कट्टिया आ हजे उहने फेस करनी आ, असी नाल खड़ांगे, चाहे कानूनन तौर पर चाहे सानू शरीर आपदे बंदे लैके उत्थे खड़ना पवे, असी नाल खड़ांगे। किसी ते नजायज परचे कोई भी साडा पंजाब दा बंदा तां नजायज किसी पुलिस धक्का करती है, सरकार धक्का करती है, उसके खिलाफ असी आवाज बुलंद कर। बाई जी गल ए सारे का मकसद तो एक ही है ना, भी साढ़े जेडे तीन कानून आ इन्हों के खिलाफ जी आप लड़ाई लड़ रहे हैं, मकसद उही आ। सरकार इन्हों गलों समझे भी पंजाब क्यों उठा, साडे लोग क्यों कह रहे असं आपकी होंद नूं बचाउण तुरे हाँ। जे इस बिरतांत नूं सरकार नहीं समझूगी फिर टकराव ते तनाव पैदा होगा। सो मकसद यही आ लोगों नूं जगाउण दा भी संघर्ष चल रहा ते सानूं उस संघर्ष च आपकी शमूलीयत, असं आपदे आप नूं उस संघर्ष च हजे भी रखिए। पिंडां च बैठे हुए चाहे आवाज़ बुलंद करो, चाहे उत्थे जाके तुसीं नाल बैठो, पर जिद्दे कोई प्रोग्राम फिर दिता गया फिर आप उवें ही उन्नी हौसले नाल ते उन्नी हिम्मत नाल खड़ना जाके जिवें पहलां खड़दे रहे।